पिंड पिंड पहुंच रही है स्वच्छता दी लहर। स्वच्छ भारत मिशन ग्रामीण ने बदली है पिंडां दी नुहार। हो रहा है विकास बेशुमार। पटियाला जिले विच जल सप्लाई अते सैनिटेशन विभाग अते पेंडू विकास ते पंचायती राज विभाग मिलके स्वच्छ भारत मिशन ग्रामीण दा सुपना कर रहे ने साकार। पटियाला विच स्वच्छ भारत मिशन ग्रामीण भाग एक दे अधीन 2014-15 विच कार्य आरंभ करदे होए पिंडा नू खुले विच शौच मुक्त कीता गया अते दूजे पड़ा अधीन आरंभ होया कूड़े दा योग प्रबंधन यानी सॉलिड वेस्ट मैनेजमेंट। स्वच्छ भारत ग्रामीण फेज टू मिशन विच असी ODF प्लस दी मुहिम हुण स्टार्ट कर रहे हैं जिहदे विच एंड टू एंड वेस्ट डिस्पोजल ते वेस्ट मैनेजमेंट नूं असी सिरे चढ़ाना हैगा जिहदे विच लिक्विड वेस्ट मैनेजमेंट एक पार्ट है, सॉलिड वेस्ट मैनेजमेंट है, प्लास्टिक सैग्रीगेशन तो लैके साडी कोशिश रहेगी कि जी पंचायतां नूं एक सैल्फ इंडिपेंडेंट मॉडल दिता जाए कि अपने ही वेस्ट नूं वो यूज़ करके उस तो इनकम जनरेट कर सकन। पटियाला दे पिंड हरदासपुर अते रोंगला स्वच्छता दी इस लिखी जा रही कहानी दी शाहदी पर्दे ने। हर पिंड दी बहुत वड्डी समस्या रही है घरां चों निकलन वाला कूड़ा जो पिंडां दियां खुलियां थावां ते बड़ी ही बेपरवाही नाल सुट दिता जांदा सी। ਪਹਿਲਾਂ ਪਿੰਡ ਦੇ ਵਿੱਚ ਥਾਂ ਥਾਂ ਤੇ ਕੂੜਾ ਪਿਆ ਰਹਿੰਦਾ ਸੀ। ਸਾਡੇ ਪਿੰਡ 'ਚ ਹਰਦਾਸਪੁਰ 'ਚ ਕੂੜਾ ਗਲੀਆਂ ਨਾਲੀਆਂ ਦਾ ਬਹੁਤ ਜ਼ਿਆਦਾ ਤਾ। ਬੂਹਿਆਂ ਦੇ ਅੱਗੇ ਢੇਰ ਲੱਗੇ ਹੁੰਦੇ ਤੇ ਕੂੜਿਆਂ ਦੇ, ਅਸੀਂ ਅੱਗੇ ਰੂੜੀਆਂ ਤੇ ਕੂੜਾ ਸਿੱਟਦੇ ਸੀ, ਲਿਫਾਫੇ ਹੁੰਦੇ ਸੀ, ਉਹ ਸਾਡੇ ਖੇਤਾਂ ਵਿੱਚ ਜਾਂਦੇ ਸੀ, ਖੇਤਾਂ ਵਿੱਚ ਜਾ ਕੇ ਸਾਡੀ ਫਸਲ ਉੱਗਣ ਵਿੱਚ ਉਹ ਨੁਕਸਾਨ ਪੈਦਾ ਕਰਦੇ ਸੀ। ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਤਹਿਤ ਕੂੜੇ ਦੇ ਯੋਗ ਪ੍ਰਬੰਧਨ ਦਾ ਕਾਰਜ ਆਰੰਭ ਹੋਇਆ। ਹੁਣ ਪਿੰਡ ਦੇ ਹਰ ਘਰ ਤੋਂ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਹਰ ਘਰ ਵਿੱਚ ਗਿੱਲਾ ਕੂੜਾ ਹਰੇ ਕੂੜੇਦਾਨ ਵਿੱਚ ਅਤੇ ਸੁੱਕਾ ਕੂੜਾ ਨੀਲੇ ਕੂੜੇਦਾਨ ਵਿੱਚ ਰੱਖਿਆ ਜਾਂਦਾ ਹੈ। ਹਰ ਘਰ 'ਚੋਂ ਕੂੜਾ ਇਕੱਠਾ ਕਰਨ ਲਈ ਸਫਾਈ ਕਰਮੀ ਵੀ ਰੱਖੇ ਗਏ ਹਨ। ਅਸੀਂ ਘਰ ਘਰ ਤੇ ਡਸਟਬਿਨ ਚੱਕਦੇ ਹਾਂ ਜੀ, ਗਿੱਲਾ ਸੁੱਕਾ ਕੂੜਾ ਸਭ ਲਿਆ ਲਿਆ ਕੇ ਅੱਡ ਅੱਡ ਪਾਉਂਦੇ ਹਾਂ ਜੀ। ਪਿੰਡ ਦੇ ਬਾਹਰ ਬਾਹਰ ਬਹੁਤ ਸੁੰਦਰ ਦਿੱਖ ਵਾਲੀਆਂ ਬਣੀਆਂ ਇਹਨਾਂ ਪਿਟਸ ਦੇ ਵਿੱਚ ਪਿੰਡ ਤੋਂ ਇਕੱਠਾ ਕੀਤਾ ਗਿੱਲਾ ਕੂੜਾ ਪਾਇਆ ਜਾਂਦਾ ਹੈ ਜੋ 2-3 ਕੁ ਮਹੀਨਿਆਂ ਦੇ ਸਮੇਂ ਵਿੱਚ ਖਾਦ ਬਣ ਕੇ ਤਿਆਰ ਹੋ ਜਾਂਦਾ ਹੈ। ਪੰਚਾਇਤਾਂ ਇਸ ਖਾਦ ਨੂੰ ਵੇਚ ਕੇ ਆਮਦਨ ਦੀਆਂ ਨਵੀਆਂ ਸੰਭਾਵਨਾਵਾਂ ਖੋਲ ਰਹੀਆਂ ਨੇ। ਜਿਹੜਾ ਅਸੀਂ ਕੂੜੇ ਦਾ ਪਲਾਂਟ ਲਾਇਆ ਪਿੰਡ ਦੇ ਵਿੱਚ ਉਹਨੂੰ ਦੂਰ ਦੂਰ ਤੋਂ ਪੰਚਾਇਤਾਂ ਦੇਖਣ ਆਉਂਦੀਆਂ ਨੇ, ਚੰਡੀਗੜ੍ਹ ਤੱਕ ਦੀਆਂ, ਮੋਹਾਲੀ ਦੀਆਂ, ਹੋਰ ਪੰਜਾਬ ਦੇ ਕਈ ਕੋਨਿਆਂ ਤੋਂ ਸਾਡੇ ਕੋਲ ਵਿਜ਼ਿਟ ਕਰਨ ਆਉਂਦੀਆਂ ਨੇ, ਨਾਲ ਅਫਸਰ ਸਾਹਿਬਾਨ ਵੀ ਆਉਂਦੇ ਨੇ ਵੀ ਤੁਹਾਨੂੰ ਕੰਮ ਕੀਤਾ, ਬੜਾ ਸ਼ਲਾਘਾਯੋਗ ਕਦਮ ਆ ਜੀ। ਜ਼ਿਲ੍ਹਾ ਪਟਿਆਲਾ ਵਿੱਚ 76 ਹੋਰ ਪਿੰਡਾਂ ਵਿੱਚ ਵੀ ਬੜੀ ਤੇਜ਼ੀ ਨਾਲ ਅਜਿਹੇ ਪ੍ਰੋਜੈਕਟ ਚੱਲ ਰਹੇ ਹਨ। ਇਸ ਇੱਕ ਪ੍ਰੋਜੈਕਟ ਦੀ ਕੀਮਤ ਲਗਭਗ 3.60 ਲੱਖ ਦੇ ਕਰੀਬ ਆਉਂਦੀ ਹੈ। ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਸਵੱਛਤਾ ਅਤੇ ਵਿਕਾਸ ਦੇ ਰਾਹ ਤੇ ਚੱਲਣ ਵਾਲੇ ਇਨ੍ਹਾਂ ਪਿੰਡਾਂ ਤੋਂ ਪ੍ਰੇਰਿਤ ਹੋ ਕੇ ਪਿੰਡ ਰੋਂਗਲਾ ਅਤੇ ਬਲਾਕ ਭੁੰਨੜਹੇੜੀ ਦੇ ਮਹਿਮੂਦਪੁਰ ਅਤੇ ਸਵਾਈ ਸਿੰਘ ਵਾਲਾ ਵੀ ਹੰਬਲਾ ਮਾਰ ਰਹੇ ਨੇ। ਇਸ ਪ੍ਰੋਜੈਕਟ ਨੂੰ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਹ ਇੱਥੇ ਪਿੰਡ ਦੇ ਵਿੱਚ ਆ ਕੇ ਲੋਕਾਂ ਨੂੰ ਜਿਹੜੀ ਹੈਗੀ ਆ ਇਹਦੇ ਸੰਬੰਧੀ ਜਾਣਕਾਰੀ ਦੇ ਰਹੇ ਨੇ। ਇਸ ਪ੍ਰੋਜੈਕਟ ਨੂੰ ਦੇਖ ਕੇ ਮੇਰੇ ਬਲਾਕ ਦੀਆਂ ਹੋਰ ਪੰਚਾਇਤਾਂ ਵੀ ਸਾਹਮਣੇ ਆਈਆਂ ਨੇ, ਉਹ ਆਪ ਇਨੀਸ਼ੀਏਟਿਵ ਲੈ ਰਹੀਆਂ ਨੇ ਕਿ ਸਾਡੇ ਪਿੰਡ ਵੀ ਬਣਾਓ। ਸਵੱਛਤਾ ਦੀ ਲਹਿਰ ਨੇ ਪਿੰਡ ਉਗਾਣੀ ਵੱਲ ਵੀ ਰੁਖ ਕੀਤਾ। ਗੰਦੇ ਪਾਣੀ ਦੇ ਪ੍ਰਬੰਧਨ ਅਤੇ ਛੱਪੜਾਂ ਟੋਬਿਆਂ ਦੇ ਨਵੀਨੀਕਰਨ ਲਈ ਪਹਿਲਕਦਮੀ ਕੀਤੀ ਗਈ ਹੈ। ਇੱਥੋਂ ਦੀ ਗ੍ਰਾਮ ਪੰਚਾਇਤ ਦੇ ਉੱਦਮ ਅਤੇ ਥਰਮਲ ਪਲਾਂਟ ਦੇ ਸਹਿਯੋਗ ਸਦਕਾ ਇੱਕ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਹੈ। ਇਸ ਨਾਲ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਦੇ ਨਾਲ ਨਾਲ ਪਿੰਡ ਨੂੰ ਸੁੰਦਰ ਦਿੱਖ ਵਾਲਾ ਰਮਣੀਕ ਸਥਾਨ ਵੀ ਮਿਲਿਆ। ਇੱਥੇ ਜਿਹੜਾ ਪਾਣੀ ਸੀ, ਜਿਹੜਾ ਪਿੰਡ ਦਾ ਗੰਦਾ ਪਾਣੀ, ਉਹ ਉਰੇ ਟੋਬਿਆਂ ਦੇ ਵਿੱਚ ਇਸ ਤਰ੍ਹਾਂ ਹੀ ਜਾਂਦਾ ਹੁੰਦਾ ਸੀ ਅਤੇ ਉਸ ਤੋਂ ਬਾਅਦ ਉਹ ਪਾਣੀ ਜਿਹੜਾ ਸਾਡੇ ਇੱਥੇ ਫਿਸ਼ ਫਾਰਮ ਹੈ ਉਹਨਾਂ ਦੇ ਵਿੱਚ ਜਾ ਕੇ ਮੱਛੀਆਂ, ਜਾਨਵਰ ਵੀ ਮਰ ਜਾਂਦੇ ਸੀ। ਫਿਰ ਅਸੀਂ ਰਵੀਰ ਸਿੰਘ ਸਿੱਚੇਵਾਲ ਦੇ ਗਏ, ਉਹਨਾਂ ਦਾ ਇਹ ਪ੍ਰੋਜੈਕਟ ਦੇਖਿਆ। ਇਹਦਾ ਪਿੰਡ ਨੂੰ, ਪਿੰਡ ਵਾਸੀਆਂ ਨੂੰ ਔਰ ਇਲਾਕੇ ਦੇ ਜਿਹੜੇ ਹੋਰ ਪਿੰਡ ਨੇ ਉਹਨਾਂ ਨੂੰ ਇਹਦਾ ਜ਼ਰੂਰ ਫਾਇਦਾ ਹੋਏਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਹੈਗੇ ਨੇ ਪਲਾਂਟ ਵੱਲੋਂ ਸਰਕਾਰ ਦੇ ਸਹਿਯੋਗ ਨਾਲ
ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਇਹ ਲਾਗੂ ਕੀਤੇ ਜਾਣਗੇ। ਇਹਨਾਂ ਪ੍ਰੋਜੈਕਟਾਂ ਦਾ ਮੁੱਖ ਮੰਤਵ ਵਾਤਾਵਰਣ ਦੀ ਸਾਫ ਸਫਾਈ ਅਤੇ ਪਿੰਡ ਵਾਸੀਆਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਕਰਨਾ ਹੈ। ਇਸ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਕੂੜੇਦਾਨਾਂ ਵਿੱਚ ਹੀ ਰੱਖਿਆ ਜਾਏ, ਆਲਾ ਦੁਆਲਾ ਸਾਫ ਰੱਖਿਆ ਜਾਏ। ਇਸ ਲਈ ਸਮਾਜ ਸੇਵੀ ਸੰਸਥਾ ਰਾਊਂਡ ਗਲਾਸ ਫਾਊਂਡੇਸ਼ਨ ਵੀ ਸਹਿਯੋਗ ਕਰ ਰਹੀ ਹੈ। ਅਸੀਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ 2 ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਨੂੰ ਕੂੜਾ ਮੁਕਤ ਕਰਨ ਲਈ ਹੁਣ ਤੱਕ 52 ਪਿੰਡ ਕਰ ਚੁੱਕੇ ਹਾਂ ਅਤੇ ਇਸ ਵਿੱਚ ਸਾਡੀ ਫਾਊਂਡੇਸ਼ਨ ਵੱਲੋਂ ਸਹਿਯੋਗ ਜਿਹੜਾ ਦਿੱਤਾ ਜਾ ਰਿਹਾ ਹੈ ਉਹ 'ਚ ਡਸਟਬਿਨ ਪ੍ਰੋਵਾਈਡ ਕਰਦੇ ਹਾਂ ਪਿੰਡਾਂ ਵਿੱਚ, ਟਰਾਈਸਾਈਕਲ ਪ੍ਰੋਵਾਈਡ ਕਰ ਰਹੇ ਹਾਂ। ਜਿਹੜੀ ਟੈਕਨੀਕਲ ਸਪੋਰਟ ਹੈ ਪਿੰਡਾਂ ਨੂੰ ਅਵੇਅਰਨੈਸ ਕਰਨ ਦੀ, ਉਹਨੂੰ ਚਲਾਉਣ ਦੀ ਪੂਰਾ ਸਾਡੀ ਫਾਊਂਡੇਸ਼ਨ ਵੱਲੋਂ ਸਹਿਯੋਗ ਕੀਤਾ ਜਾ ਰਿਹਾ। ਪਿੰਡ ਵਾਸੀ ਖੁਸ਼ ਹਨ, ਸਹਿਯੋਗ ਕਰ ਰਹੇ ਹਨ ਅਤੇ ਸਵੱਛਤਾ ਦੀ ਲਹਿਰ ਨੂੰ ਅੱਗੇ ਵਧਾ ਰਹੇ ਹਨ।